ਸਰ ਆਪਾਂ ਨਾ ਕੈਨੇਡਾ ਤੋਂ ਸ਼ੁਰੂ ਕਰਦੇ ਹਾਂ। ਕੈਨੇਡਾ ਦੇ ਵਿੱਚ ਬੈਸਟ ਆਪਸ਼ਨ ਇਸ ਟਾਈਮ ਕੀ ਹੈ? ਬੱਚੇ ਬਹੁਤ ਸਾਰੇ ਜਾਣਾ ਚਾਹੁੰਦੇ ਹੈ ਪਰ ਥੋੜ੍ਹੇ ਜਿਹੇ ਡਰਦੇ ਵੀ ਹੈ ਕਿ ਇੱਕ ਤਾਂ ਪੈਸੇ ਜ਼ਿਆਦਾ ਲੱਗਦੇ ਆ GAC ਨੂੰ ਲੈ ਕੇ, ਅਤੇ ਇੱਕ ਤਾਂ ਡਰਦੇ ਆ ਵੀ ਉੱਥੇ ਜਾ ਕੇ ਕੰਮ ਨਹੀਂ ਮਿਲਣਾ ਜਾਂ ਵਰਕ ਵੀਜ਼ਾ ਨਹੀਂ ਮਿਲਣਾ, ਇਸ ਤਰ੍ਹਾਂ ਦੀਆਂ ਨਿਊਜ਼ ਬਹੁਤ ਫਲੈਸ਼ ਹੋਈਆਂ। ਕੈਨੇਡਾ ਦੇ ਲਈ ਬੈਸਟ ਆਪਸ਼ਨ ਦੱਸੋ। ਦੇਖੋ ਗੱਲ ਇੱਦਾਂ ਹੈ ਘੁੰਮਣ ਸਾਹਿਬ ਕਿ ਜੇ ਕੈਨੇਡਾ ਦਾ ਆਪਾਂ ਗੱਲ ਕਰੀਏ, ਕਿਸੇ ਟਾਈਮ ਇਹ ਹੌਟ ਕੰਟਰੀ ਮੰਨਿਆ ਜਾਂਦਾ ਸੀ ਕਿ ਹਰ ਬੱਚਾ ਜਿਹਨੇ ਵੀ ਅਬਰੋਡ ਜਾਣਾ ਹੈ ਤਾਂ ਉਹਨਾਂ ਦਾ ਪਹਿਲਾ ਜਿਹੜਾ ਸੁਪਨਾ ਹੁੰਦਾ ਸੀ ਉਹ ਇਹੀ ਹੁੰਦਾ ਸੀ ਕਿ ਅਸੀਂ ਕੈਨੇਡਾ ਜਾ ਕੇ ਹੀ ਪੜ੍ਹਨਾ ਹੈਗਾ। ਅੱਜ ਜੋ ਅਸੀਂ ਇੱਕ ਦੇਖ ਰਹੇ ਹਾਂ ਨਜ਼ਰੀਆ ਜਿਹੜਾ ਚੱਲ ਰਿਹਾ ਉਹ ਇਹ ਹੈ ਕਿ ਬੱਚਾ ਬਹੁਤ ਡਰ ਚੁੱਕਿਆ, ਕਹਿੰਦਾ ਕਿ ਮੈਨੂੰ ਕੰਮ ਨਹੀਂ ਮਿਲਣਾ ਜਾਂ ਮੈਨੂੰ ਪੜ੍ਹਾਈ ਤੋਂ ਬਾਅਦ PR ਨਹੀਂ ਮਿਲਣੀ ਜਾਂ ਆਪਣਾ ਮੇਰਾ ਉੱਥੇ ਜਾ ਕੇ ਮੈਂ ਆਪਣਾ ਵਧੀਆ ਤਰੀਕੇ ਨਾਲ ਸੈਟਲ ਨਹੀਂ ਹੋ ਸਕਦਾ। ਪਹਿਲੀ ਗੱਲ ਕਿ ਵੀਜ਼ਾ ਜੇ ਅਸੀਂ ਰੇਸ਼ੀਓ ਦੇਖੀਏ, ਸਕਸੈਸ ਰੇਟ ਦੀ ਗੱਲ ਕਰੀਏ ਤਾਂ ਸਕਸੈਸ ਰੇਟ ਇਸ ਟਾਈਮ ਕੈਨੇਡਾ ਦਾ ਬਹੁਤ ਅੱਛਾ ਚੱਲ ਰਿਹਾ ਘੁੰਮਣ ਸਾਹਿਬ, ਚਾਹੇ ਆਪਾਂ ਹੋਰ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਹਾਂ ਚਾਹੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ। ਓਵਰਆਲ 6 ਬੈਂਡ ਦੇ ਨਾਲ ਕੈਨੇਡਾ ਵੀਜ਼ਾ ਦੇ ਰਿਹਾ, 2.5 ਜਾਂ 1.5 ਦੇ ਨਾਲ ਕੈਨੇਡਾ ਵੀਜ਼ਾ ਦੇ ਰਿਹਾ। GIC ਜਿਹੜੀ ਹੈਗੀ ਹੈ, ਜੇ ਅਸੀਂ ਟੋਰੋਂਟੋ ਦੀ ਗੱਲ ਕਰੀਏ, ਵੈਨਕੂਵਰ, ਕੈਲਗਰੀ ਇੱਧਰਲੇ ਪਾਸੇ ਬੱਚਾ ਜਾਂਦਾ ਹੈ ਤਾਂ GIC ਜਿਹੜੀ ਹੈ ਉਹਨੂੰ ਤਕਰੀਬਨ $20,800 ਉਹਨੂੰ ਦੇਣੀ ਪੈਂਦੀ ਹੈ। ਬਟ ਅਸੀਂ ਜਿਹੜੀ ਆਪਸ਼ਨ ਲੈ ਕੇ ਆਏ ਹਾਂ ਬੱਚਿਆਂ ਲਈ ਬਹੁਤ ਵਧੀਆ ਲੈ ਕੇ ਆਏ ਹਾਂ, ਉਹ ਆਪਸ਼ਨ ਹੈਗੀ ਹੈ ਮੌਂਟਰੀਅਲ ਦੀ, ਜਿਹਦੇ ਵਿੱਚ 1 ਸਾਲ ਦੀ ਫੀਸ ਹੀ ਬਹੁਤ ਘੱਟ ਹੈ, ਤਕਰੀਬਨ $9,000 ਤੋਂ ਲੈ ਕੇ $14,000 1 ਸਾਲ ਦੀ ਫੀਸ ਆਉਂਦੀ ਹੈ। ਅਤੇ ਜੇ GIC ਆਪਾਂ ਉਹਦੇ ਵਿਸਤਾਰ 'ਤੇ ਗੱਲ ਕਰਦੇ ਹਾਂ GIC ਤਾਂ $14,800 ਜਿਹੜਾ ਹੈ GIC ਦਾ ਤੁਸੀਂ ਪੇ ਕਰਕੇ ਜਾ ਸਕਦੇ ਹੋ। ਹੁਣ ਜੇ ਆਪਾਂ ਕੁਐਸਚਨ 13-14 ਲੱਖ ਰੁਪਏ 15 ਲੱਖ ਰੁਪਏ ਤੁਸੀਂ ਜਾ ਸਕਦੇ ਹੋ ਕੈਨੇਡਾ, ਬਿਲਕੁਲ ਜੇ ਅਸੀਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ ਕੀ ਸਵਾਲ ਹੈ ਤੁਹਾਡਾ, ਪ੍ਰੋਫਾਈਲ ਦੱਸੋ। ਆਪਾਂ ਗੱਲ ਵੀ ਕਰ ਸੀ ਮੌਂਟਰੀਅਲ ਦੀ ਜਿੱਥੇ ਕਿ ਤਕਰੀਬਨ 15 ਲੱਖ ਰੁਪਏ ਜਿਹੜਾ ਹੈ ਵੀਜ਼ੇ ਦੇ ਮੁਕਾਮ ਤੱਕ ਬੱਚਾ ਪਹੁੰਚ ਸਕਦਾ ਵਿਦ GIC, ਕੀ ਇਹ ਜਿਹੜੇ ਰਿਫਿਊਜ਼ਲ ਵਾਲੇ ਬੱਚੇ ਆ ਇਹਨਾਂ ਦੇ ਲਈ ਵੀ ਆਪਸ਼ਨ ਹੈਗੀ ਹੈ ਕੈਨੇਡਾ ਦੇ ਵਿੱਚ ਕੋਈ ਵਧੀਆ ਆਪਸ਼ਨ ਹੈਗੀ? ਘੁੰਮਣ ਸਾਹਿਬ ਕੈਨੇਡਾ ਜਿਹੜੇ ਬੱਚੇ 1 ਵਾਰ ਰਿਫਿਊਜ਼ ਹੋ ਚੁੱਕੇ ਨੇ, 2 ਵਾਰੀ ਰਿਫਿਊਜ਼ ਹੋ ਚੁੱਕੇ ਨੇ ਜਾਂ 4 ਵਾਰੀ ਰਿਫਿਊਜ਼ ਹੋ ਚੁੱਕੇ ਨੇ, ਬੈਨ ਨਹੀਂ ਲੱਗਿਆ ਹੋਣਾ ਚਾਹੀਦਾ। ਅਦਰਵਾਈਜ਼ ਜਿਹੜਾ ਕੈਨੇਡਾ ਹੈਗਾ ਅਸੀਂ ਵੀਜ਼ਾ ਦੁਬਾਰਾ ਲੈ ਸਕਦੇ ਹਾਂ, ਬਟ ਉਹ 'ਚ ਕੰਡੀਸ਼ਨਾਂ ਇਹ ਰਹਿਣਗੀਆਂ ਕਿ ਤੁਸੀਂ ਜਿਹੜੇ ਏਜੰਟ ਤੋਂ, ਜਿਹੜੇ ਕੰਸਲਟੈਂਟ ਤੋਂ ਪਹਿਲਾਂ ਕੇਸ ਅਪਲਾਈ ਕੀਤਾ ਹੈ, ਇਨਫੋਰਮੇਸ਼ਨ ਚਾਹੀਦੀ ਹੈ ਉਹਨੂੰ, ਤੁਹਾਡਾ ਫੈਮਿਲੀ ਇਨਫੋਰਮੇਸ਼ਨ ਕੀ ਭਰਿਆ ਹੈਗਾ ਜਾਂ ਤੁਹਾਡੇ ਡਾਕੂਮੈਂਟਸ ਜਿਹੜੇ ਲੱਗੇ ਨੇ ਉਹ ਤੁਸੀਂ ਆਪ ਆਪਣੇ ਓਰੀਜਨਲ ਦਿੱਤੇ ਨੇ ਕਿ ਕੁਛ ਉਹਦੇ 'ਚ ਮੈਨੀਪੁਲੇਸ਼ਨ ਤਾਂ ਨਹੀਂ ਉਹਨੇ ਕੀਤੀ ਹੈਗੀ? ਕਿਉਂਕਿ ਆਪਾਂ ਜੇ ਪਿੱਛੇ ਰੁੱਖ ਕਰੀਏ, ਥੋੜ੍ਹਾ ਪਿੱਛੇ ਝਾਤੀ ਮਾਰੀਏ ਤਾਂ ਕੁਛ ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਅਸੀਂ ਲਾ ਲਓ ਕਿ ਬੱਚਿਆਂ ਦੇ ਡਾਕੂਮੈਂਟਸ ਨਾਲ ਛੇੜਛਾੜ ਕਰਕੇ ਕੰਸਲਟੈਂਟਸ ਨੇ ਬਹੁਤ ਵੱਡੇ ਤਦਾਦ 'ਤੇ ਵੀਜ਼ਾ ਲਏ। ਵੀਜ਼ਾ ਉਹਨਾਂ ਬੱਚਿਆਂ ਦੇ ਆਏ ਘੁੰਮਣ ਸਾਹਿਬ, ਯੂ ਵਾਂਟ ਇਮੈਜਿਨ, ਜਿਹੜੇ ਬੱਚਿਆਂ ਦੇ LOA ਵੀ ਜਾਲੀ ਸੀ, ਆਫਰ ਲੈਟਰ ਵੀ ਜਾਲੀ ਸੀ, GIC ਦਾ ਸਰਟੀਫਿਕੇਟ ਤੁਸੀਂ ਲਾ ਲਓ ਉਹ ਵੀ ਜਾਲੀ ਸੀ। ਅਤੇ ਜੇ ਅੱਜ ਕੈਨੇਡਾ ਇੰਨਾ ਸਖਤ ਹੋਇਆ, ਜੇ ਉਹਨੇ ਕੈਨੇਡਾ ਨੇ ਆਹ ਸਖਤੀ ਦਾ ਰੂਪ ਜਿਹੜਾ ਹੈਗਾ ਅਪਣਾਇਆ, ਉਹ ਤਾਂ ਹੀ ਅਪਣਾਇਆ ਕਿਉਂਕਿ ਏਜੰਟਸ ਨੇ ਬਹੁਤ ਜ਼ਿਆਦਾ ਜਿਹੜੇ ਬੱਚਿਆਂ ਦੀ ਪ੍ਰੋਫਾਈਲਸ ਨਾਲ ਖਿਲਵਾੜ ਕੀਤਾ। ਹੁਣ ਜੇ ਅਸੀਂ ਫੀਸਿਸ ਦੀ ਗੱਲ ਕਰਦੇ ਹਾਂ, ਰਿਲੈਕਸੇਸ਼ਨ ਕਿੱਥੇ ਮਿਲਦੀ ਹੈ ਬੱਚੇ ਨੂੰ ਕਿ ਟੋਰੋਂਟੋ ਜਾਣਾ, ਵੈਨਕੂਵਰ ਜਾਣਾ, ਕੈਲਗਰੀ ਜਾਣਾ, ਉੱਥੇ ਤਕਰੀਬਨ 1 ਸਾਲ ਦੀ ਫੀਸ ਪਾ ਕੇ ਵਿਦ GIC 25-26 ਲੱਖ ਰੁਪਏ ਬੱਚੇ ਦਾ ਖਰਚਾ ਆ ਜਾਂਦਾ। ਬਟ
ਅਸੀਂ ਜਿਹੜਾ ਆਪਸ਼ਨ ਲੈ ਕੇ ਆਏ ਬੱਚਿਆਂ ਦੀ, ਜਿਹੜਾ ਮੋਂਟਰੀਅਲ ਦੀ ਆਪਸ਼ਨ ਦੇ ਰਹੇ ਹਾਂ, ਨੰਬਰ 1 ਕਾਲਜ ਇਨ ਮੋਂਟਰੀਅਲ, ਉੱਥੇ ਦੀ ਸਰਕਾਰ ਉਹਨੂੰ ਏਡ ਦਿੰਦੀ ਹੈ, ਇਸ ਕਰਕੇ ਫੀਸ ਤਾਂ ਪਾ ਕੇ ਇੱਕ ਸਾਲ ਦਾ, GIC ਦਾ ਇੱਕ ਸਾਲ ਦਾ ਪਾ ਕੇ ਤਕਰੀਬਨ 15 to 16 lakh ਰੁਪਏ ਉਹਦਾ ਖਰਚਾ ਆ ਜਾਂਦਾ। ਹੁਣ ਜੇ ਬੱਚਾ ਘਬਰਾਉਂਦਾ ਹੈ ਕਿ ਮੈਂ ਫੀਸ ਨਹੀਂ ਭਰਨਾ ਚਾਹੁੰਦਾ, ਮੈਂ ਫੀਸ ਆਫਟਰ ਵੀਜ਼ਾ ਦੇਣਾ ਚਾਹੁੰਦਾ, ਤਾਂ ਸਾਡੇ ਕੋਲ ਉਹ ਵੀ ਆਪਸ਼ਨਸ ਹੈਗੀਆਂ ਨੇ ਕਿ ਅਸੀਂ ਫੀਸ ਆਫਟਰ ਵੀਜ਼ਾ ਤੁਹਾਨੂੰ ਦੇ ਸਕਦੇ ਹਾਂ ਕਿ ਤੁਸੀਂ ਜਾਂ ਤੁਹਾਡਾ ਵੀਜ਼ਾ ਲੱਗ ਗਿਆ ਤਾਂ ਤੁਸੀਂ ਸਾਨੂੰ ਜਿਹੜੀ ਹੈ ਫੀਸ ਭਰਨੀ, ਸਾਡੀ ਕੰਪਨੀ ਜਿਹੜੀ ਹੈ ਉਹ ਪਹਿਲਾਂ ਆਪਣੇ ਕੋਲੋਂ ਪੈਸੇ ਜਿਹੜੇ ਭਰੇਗੀ, ਫੀਸ ਭਰੇਗੀ। ਬਟ ਇੱਥੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਇੱਕ ਸਾਲ ਦੀ ਜਿਹੜੀ GIC ਹੈ ਬੱਚੇ ਦੇ ਅਕਾਊਂਟ 'ਚ ਜਾਣੀ ਹੈ, ਬੱਚੇ ਨੇ ਆਪ ਖੁਦ ਭਰਨੀ ਹੈਗੀ। ਇਸ ਕਰਕੇ ਜੇ ਉਹਦਾ ਆਪਾਂ ਰੁੱਖ ਕਰੀਏ, ਮੇਰੀ ਅਜੇ ਪਰਸੋਂ ਹੀ ਇੱਕ ਬੱਚੇ ਨਾਲ ਗੱਲ ਹੋਰ ਸੀ, ਮੈਂ ਬੱਚਾ ਭੇਜਿਆ ਸੀ, ਮੈਨੂੰ ਕਹਿਣ ਲੱਗਿਆ, ਮੇਰੇ ਪਿੰਡ ਤੋਂ ਹੀ ਹੈਗਾ ਸੀ, ਮੈਨੂੰ ਕਹਿਣ ਲੱਗਿਆ ਅੰਕਲ ਕਿ ਲੋਕ ਕਹਿੰਦੇ ਨੇ ਕਿ ਕੰਮ ਨਹੀਂ ਹੈਗਾ, ਮੋਂਟਰੀਅਲ ਭੇਜਿਆ ਮੈਂ ਉਹਨੂੰ, ਹੈ ਨਾ, ਕਹਿੰਦਾ ਅੰਕਲ ਤੁਸੀਂ ਲੋਕ ਵੀ ਕਹਿੰਦੇ ਨੇ ਕੰਮ ਨਹੀਂ ਹੈਗਾ, ਕਹਿੰਦਾ ਮੈਨੂੰ ਕੋਈ ਵੀ ਔਖ ਨਹੀਂ ਆਈ ਹੈਗੀ, 3-4 ਦਿਨ ਦੇ ਵਿੱਚ ਮੈਂ ਇੱਥੇ ਕੰਮ ਲੱਗ ਗਿਆ ਹੈਗਾ, ਬਹੁਤ ਵਧੀਆ ਕਾਲਜ ਹੈਗਾ, ਬਹੁਤ ਅੱਛਾ ਮਾਹੌਲ ਹੈ। ਮੈਂ ਸੋਚ ਰਿਹਾ ਕਿ ਥੋੜ੍ਹੇ ਦਿਨ ਦੇ ਵਿੱਚ ਆਪਾਂ ਬੜੀ ਜਲਦੀ ਉਹਨੂੰ ਰੂਬਰੂ ਕਰਾਂਗੇ, ਉਹਦੀ ਉੱਥੋਂ ਵੀਡੀਓ ਮੰਗਾਵਾਂਗੇ ਆਪਾਂ ਕੈਨੇਡਾ ਤੋਂ। ਇਸ ਕਰਕੇ ਜਿਹੜਾ ਤੁਸੀਂ ਪਹਿਲਾਂ ਚੋਣ ਕਰਦੇ ਹੋ ਕੈਨੇਡਾ ਜਾ ਕੇ ਪੜ੍ਹਨ ਦਾ ਸੁਪਨਾ ਤੁਸੀਂ ਸੋਚਦੇ ਹੋ, ਪ੍ਰੋਵਿੰਸ ਦੀ ਚੋਣ ਬਹੁਤ ਜ਼ਰੂਰੀ ਹੈ, ਕਿੱਧਰ ਤੁਸੀਂ ਰੁੱਖ ਕਰਨਾ ਹੈ ਉਹ ਦੇਖਣਾ ਬਹੁਤ ਜ਼ਰੂਰੀ ਹੋਊਗਾ। ਸਾਡੇ ਨਾਲ ਇੱਕ ਕਾਲਰ ਹੋਲਡ ਤੇ ਨੇ, ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਜੀ। ਸਤਿ ਸ਼੍ਰੀ ਅਕਾਲ ਸਰ, ਬਲਵਿੰਦਰ ਗੱਲ ਕਰ ਰਿਹਾ ਲੁਧਿਆਣੇ ਤੋਂ। ਹਾਂਜੀ, ਸਵਾਲ ਦੱਸੋ ਤੇ ਪ੍ਰੋਫਾਈਲ ਦੱਸੋ ਜੀ ਆਪਣੀ। ਮੇਰੇ ਨਾ ਛੋਟੇ ਬ੍ਰਦਰ ਦਾ ਆਪਾਂ ਵੀਜ਼ਾ ਅਪਲਾਈ ਕਰਨਾ ਸੀਗਾ ਜੀ ਆਸਟ੍ਰੇਲੀਆ ਦਾ। ਤੇ ਸੁਣਨ ਦੇ ਵਿੱਚ ਆ ਰਿਹਾ ਕਿ ਆਸਟ੍ਰੇਲੀਆ ਵਾਲੇ ਵੀਜ਼ਾ ਨਹੀਂ ਦੇ ਰਿਹਾ। ਹਾਂਜੀ ਬਿਲਕੁਲ, ਉਹਨਾਂ ਨੇ ਕੀ ਕੀਤਾ ਹੋਇਆ, ਪਲੱਸ 2 ਕਦੋਂ ਕਰੀ ਹੈ ਔਰ ਆਈਲੈਟਸ ਪੀਟੀ ਕੁਝ ਕੀਤਾ ਹੈ? ਪਲੱਸ 2 2024 ਚ ਕੀਤੀ ਹੈ, 88% ਨੰਬਰ ਆਏ ਗਏ ਆ। ਠੀਕ ਹੈ ਜੀ। ਕਮਰਸ ਦੇ ਵਿੱਚ ਓਕੇ। ਤੇ ਆਈਲੈਟਸ ਕੀਤੀ ਹੈ, ਆਈਲੈਟਸ 2 ਮੋਡਿਊਲ ਚ 6 ਨੇ, 2 ਚ 6.5 ਨੇ। ਮੈਨੂੰ ਲੱਗਦਾ ਤੁਹਾਡੇ ਸਕੋਰ ਕਾਫੀ ਅੱਛੇ ਨੇ, ਬਾਕੀ ਆਪਾਂ ਰਾਏ ਲੈ ਲਾਂਗੇ। ਕਦੋਂ ਪਾਸ ਆਊਟ ਕੀਤਾ ਉਹਨਾਂ ਨੇ? 2024 ਪਾਸ ਆਊਟ। 2024 ਪਰਸੈਂਟ 88 ਹੈਗੀ ਹੈ ਤੁਹਾਡੀ, ਹੈ ਨਾ। ਕੁਛ ਇਹ ਤਾਂ ਨਹੀਂ ਹੈਗਾ ਕਿ ਆਸਟ੍ਰੇਲੀਆ ਦੇ ਵਿੱਚ ਮੈਂ ਐਡੀਲੇਡ ਜਾਣਾ ਹੈ ਜਾਂ ਆਪਣਾ ਮੈਂ ਸਿਡਨੀ ਜਾਣਾ ਹੈ, ਮੈਲਬਨ ਜਾਣਾ ਹੈ? ਨਹੀਂ, ਇਹੋ ਜਿਹਾ ਕੁਛ ਨਹੀਂ, ਤੁਸੀਂ ਆਨਸਰ ਸੁਣ ਸਕਦੇ ਹੋ। ਹੁਣ ਘੁੰਮਣ ਸਾਹਿਬ, ਜਿਹੜੇ ਆਸਟ੍ਰੇਲੀਆ ਦਾ ਆਪਾਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ, ਬਿਲਕੁਲ ਵੀਜ਼ਾ ਉਹਨਾਂ ਨੂੰ ਨਹੀਂ ਮਿਲ ਰਹੇ ਹੈਗੇ ਜਿਨ੍ਹਾਂ ਦੀ ਪ੍ਰੋਫਾਈਲਸ ਬਹੁਤ ਜ਼ਿਆਦੀਆਂ ਮਾੜੀਆਂ ਨੇ, ਜਾਂ ਉਹਨਾਂ ਦਾ ਗੈਪ ਬਹੁਤ ਜ਼ਿਆਦਾ ਪੈ ਚੁੱਕਿਆ, ਜਾਂ ਉਹਨਾਂ ਕੋਲ ਫੰਡ ਆਪਣੇ ਨਹੀਂ ਹੈਗੇ, ਸੋਰਸ ਆਫ ਇਨਕਮ ਅੱਛੀ ਨਹੀਂ ਹੈਗੀ, ਤਾਂ ਐਡਮਿਸ਼ਨ ਹੀ ਨਹੀਂ ਮਿਲਣੀ। ਵੀਜ਼ੇ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਅੱਜ ਯੂਨੀਵਰਸਿਟੀ ਨੇ ਜਿਹੜੀ ਐਡਮਿਸ਼ਨ ਦੇਣੀ ਹੈ, ਤੁਹਾਡੀ ਹਰ ਹੀ ਚੀਜ਼ ਦੇਖਣੀ ਹੈ। ਪਹਿਲੀ ਗੱਲ, ਤੁਸੀਂ 24 ਪਾਸ ਆਊਟ ਹੋਣੇ ਚਾਹੀਦੇ ਹੋ, ਜਿਵੇਂ ਕਿ ਆ ਬੱਚੇ ਦੀ ਪ੍ਰੋਫਾਈਲ ਹੈ, 88% ਮਾਰਕਸ ਨੇ। ਆਪਾਂ ਇਹਦੇ 'ਤੇ ਇੱਕ ਐਗਜ਼ੈਂਪਲ ਲੈ ਲਈਏ, 6 ਈਚ ਓਵਰਆਲ ਬੈਂਡ ਨੇ, ਬਹੁਤ ਅੱਛਾ ਸਕੋਰ ਹੈਗਾ, ਬਟ ਇੱਥੇ ਇਹਨਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਪੈਣਾ ਕਿ ਐਡਮਿਸ਼ਨ ਲਈ ਆਹ ਚੀਜ਼ਾਂ ਤਾਂ ਪੂਰੀਆਂ ਹੋ ਗਈਆਂ ਅਕੈਡਮਿਕਸ ਦੀਆਂ, ਤੁਹਾਡੇ ਕੋਲ ਫੰਡ 30 to 32 lakh ਦੇ ਚਾਹੀਦੇ ਨੇ, ਜਿਹੜੇ ਕਿ 3 to 6 months ਪੁਰਾਣੇ ਹੋਣੇ ਚਾਹੀਦੇ ਨੇ। ਸੋਰਸ ਆਫ ਇਨਕਮ ਤੁਹਾਡਾ ਜਿਹੜਾ ਹੈਗਾ 12 to 13 lakh ਦਾ, ਤੁਸੀਂ ਜੇ ਹੋਊਗਾ ਇਹ ਚੀਜ਼ਾਂ ਪੂਰੀਆਂ ਕਰੋਗੇ, ਤਾਂ ਹੀ ਤੁਹਾਨੂੰ ਯੂਨੀਵਰਸਿਟੀ ਨੇ ਐਕਸੈਪਟ ਕਰਨਾ, ਔਫਰ ਲੈਟਰ ਰਿਲੀਜ਼ ਕਰਨੀ ਹੈ, ਫਿਰ ਉਸ ਤੋਂ ਬਾਅਦ ਜਾ ਕੇ ਵੀਜ਼ਾ ਪ੍ਰੋਸੈਸ ਸਟਾਰਟ ਹੋਣਾ। ਕੁਛ ਬੱਚਿਆਂ ਦਾ ਸਾਡਾ ਜਿਹੜਾ ਆਸਟ੍ਰੇਲੀਆ ਦੇ ਜਿਹੜੇ ਵੀਜ਼ਾ ਲੱਗੇ ਨੇ, ਆਟੋ ਗ੍ਰੈਂਟ ਵੀ ਵੀਜ਼ਾ ਜਿਹੜੇ ਸਾਡੇ ਆਏ ਹੈਗੇ ਨੇ। ਹੁਣ ਆਸਟ੍ਰੇਲੀਆ ਉਹਨਾਂ ਨੂੰ ਵੀਜ਼ਾ ਦੇ ਰਿਹਾ ਜਿਨ੍ਹਾਂ ਦੀ ਟੋਟਲੀ ਪ੍ਰੋਫਾਈਲਸ ਅੱਛੀਆਂ ਨੇ, ਗੈਪ ਨਹੀਂ ਹੈਗਾ, ਫੰਡ ਜਿਹੜੇ ਉਹਨਾਂ ਦੇ ਆਪਣੇ ਨੇ 3 to 6 months ਪੁਰਾਣੇ ਹੈਗੇ ਨੇ, ਔਰ ਜਿਹੜਾ ਸੋਰਸ ਆਫ ਇਨਕਮ ਅੱਛਾ ਹੈਗਾ, ਤੁਹਾਨੂੰ ਅਸੀਂ ਬਹੁਤ ਅੱਛੀ ਯੂਨੀਵਰਸਿਟੀਜ਼ ਦੀ ਆਪਸ਼ਨਸ ਦੇ ਸਕਦੇ ਹਾਂ, ਜਿਹੜਾ ਕਿ ਤੁਸੀਂ ਜਿੱਥੇ ਵੀ ਕਹੋਗੇ, ਜਿਹੜੇ ਥਾਂ 'ਤੇ ਤੁਸੀਂ ਯੂਨੀਵਰਸਿਟੀ ਮੰਗੋਗੇ, ਜਿਹੜੀ ਵੀ ਮੰਗੋਗੇ, ਅਸੀਂ ਤੁਹਾਨੂੰ ਉਹ ਪ੍ਰੋਵਾਈਡ ਕਰਕੇ ਦੇ ਸਕਦੇ ਹਾਂ।